ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਪੂਰਾ ਮੁਲਕ ਮੁਕੰਮਲ ਕਰਫਿਊ ਚ ਬਦਲ ਚੁੱਕਾ ਹੈ ਪਰ ਉਹਨਾਂ ਦਾ ਕੀ ਜੋ ਮਿਹਨਤ ਮਜ਼ਦੂਰੀ ਲਈ ਆਪਣਾ ਕਾਰਬਾਰ ਛੱਡ ਦੂਜੇ ਸੂਬਿਆਂ ਚ ਦਿਨ ਕੱਟ ਰਹੇ ਸਨ ਸ਼ਟਡਾਊਨ ਨਾਲ ਹੱਥਾਂ ਚ ਹੁਣ ਕੰਮ ਨਹੀਂ ਕਈਆਂ ਦੇ ਸਿਰ ਤੇ ਛੱਤ ਨਹੀਂ ਦੋ ਡੰਗ ਦੀ ਰੋਟੀ ਦਾ ਜੁਗਾੜ ਵੀ ਹੁਣ ਮਜਬੂਰੀ ਹੈ ਤਾਂ ਇਹਨਾਂ ਮਜ਼ਦੂਰਾਂ ਨੇ ਹੁਣ ਆਪਣੇ ਸੂਬਿਆਂ ਵੱਲ ਮੁੜ ਵਹੀਰਾ ਕੱਤੀਆਂ ਹਨ ਰੇਲ ਤੋਂ ਲੈ ਕੇ ਬੱਸਾਂ ਤੱਕ ਆਉਣ ਜਾਣ ਦਾ ਹਰ ਜ਼ਰੀਆ ਬੰਦ ਹੈ ਤਾਂ ਆਪਣੇ ਘਰਾਂ ਤੋਂ ਹਜ਼ਾਰਾਂ ਲੱਖਾਂ ਮੀਲ ਦੂਰ ਬੈਠੇ ਮਜ਼ਦੂਰ ਆਪਣੇ ਘਰਾਂ ਵੱਲ ਪੈਦਲ ਹੀ ਨਿਕਲ ਤੁਰੇ ਹਨ ਹਰ ਪਰਤਨ ਦੀ ਜਲਦੀ ਦੇ ਚਲਦਿਆਂ ਮੰਗਲਵਾਰ ਦੀ ਰਾਤ ਵੱਖ-ਵੱਖ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਵੱਲ ਪੈਦਲ ਹੀ ਤੁਰਦੇ ਨਜ਼ਰ ਆਏ ਅਹਮਦਾਬਾਦ ਵਿੱਚ 2000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਅਤੇ ਰਾਜਸਥਾਨ ਤੋਂ ਵੀ ਵੱਖ-ਵੱਖ ਮਜ਼ਦੂਰਾਂ ਨੇ ਆਪਣੇ ਘਰਾਂ ਵੱਲ ਚਾਲੇ ਪਾ ਦਿੱਤੇ ਹਨ ਉੱਤੇ ਹੀ ਰਾਜਧਾਨੀ ਦਿੱਲੀ ਵਿੱਚ ਵੀ ਜੂਪੀ ਬਿਹਾਰ ਦੇ ਸੈਂਕੜੇ ਮਜ਼ਦੂਰ ਆਪਣੇ ਘਰਾਂ ਵੱਲ ਪੈਦਲ ਹੀ ਨਿਕਲ ਪਏ ਇਹ ਉਹ ਮਜ਼ਦੂਰ ਹਨ ਜੋ ਰੋਜ਼ਮਰਹ ਦੀ ਦਿਹਾੜੀ ਨਾਲ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਬੁੱਧਵਾਰ ਦੁਪਹਿਰ ਤੱਕ ਰਾਜਸਥਾਨ ਦੇ ਡੁਗਰਪੁਰ ਦੇ ਵਿਚੀਬੜਾ ਤਹਿਸੀਲ ਪਹੁੰਚੇ ਅਹਿਮਦਾਬਾਦ ਤੋਂ 125 ਕਿਲੋਮੀਟਰ ਦੂਰ ਹੈ 7-9 ਵਜੇ ਦਰਮਿਆਨ ਸੈਂਕੜੇ ਮਜ਼ਦੂਰਾਂ ਦੇ ਸਮੂਹ ਨੇ ਸਰਗੇਜ ਅਸ਼ਰਵਾਦ ਸ਼ਾਹਪੂਰ ਨਾਰੋਲ ਨਿਕਸੋਸ ਅਤੇ ਨਰੋਦਾ ਸਮੇਤ ਅਹਿਮਦਾਬਾਦ ਦੇ ਵੱਖ-ਵੱਖ ਹਿੱਸਿਆਂ ਤੋਂ ਚੱਲਣਾ ਸ਼ੁਰੂ ਕੀਤਾ ਸੀ ਰਾਜਸਥਾਨ ਸਰਕਾਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਹਿਮਦਾਬਾਦ ਦੇ 2000 ਤੋਂ ਵੱਧ ਲੋਕ ਲਾਕਡਾਊਨ ਦੇ ਬਾਵਜੂਦ ਬੁੱਧਵਾਰ ਸਵੇਰੇ ਤੱਕ ਵਿਚੀਬੜਾ ਬਸਟ ਸਟੇਸ਼ਨ ਤੇ ਪਹੁੰਚ ਗਏ ਬਿਛੀ ਬੜਾ ਤਹਿਸੀਲਦਾਰ ਅਮਰਤ ਪਟੇਲ ਦੇ ਮੁਤਾਬਕ ਰਸਤੇ ਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਰਾਜਸਥਾਨ ਰਾਜ ਸੜਕ ਪਰਵਹਨ ਨਿਗਮ ਦੀਆਂ ਬੱਸਾਂ ਅਤੇ 15 ਵੀ ਨਿੱਜੀ ਬੱਸਾਂ ਵੀ ਵਿਵਸਥਾ ਕੀਤੀ ਗਈ ਹੈ ਰਾਜਸਥਾਨ ਦੇ ਇੱਕ ਕੋਲਡ ਸਟੋਰ ਵਿੱਚ ਕੰਮ ਕਰਨ ਵਾਲੇ 14 ਮਜ਼ਦੂਰਾਂ ਦੀ ਕਹਾਣੀ ਵੀ ਅਜਹੀ ਹੈ ਬਿਹਾਰ ਦੇ ਰਹਿਣ ਵਾਲੇ ਮਜ਼ਦੂਰ ਪੈਦਲ ਹੀ ਘਰ ਦੇ ਲਈ ਨਿਕਲ ਤੁਰੇ 21 ਮਾਰਚ ਨੂੰ ਜੈਪੁਰ ਤੋਂ ਨਿਕਲੇ ਸਨ 24 ਮਾਰਚ ਨੂੰ ਆਗਰਾ ਪਹੁੰਚ ਪਾਏ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਰਹਿ ਕੇ ਉਹਨਾਂ ਨੂੰ ਖਾਣ ਦਾ ਕੋਈ ਇੰਤਜ਼ਾਮ ਨਹੀਂ ਹੋ ਪਾਏਗਾ ਇਸ ਲਈ ਉਹ ਜ਼ਮੀਨੀ ਰਸਤੇ ਹੀ ਆਪਣੇ ਘਰ ਵਾਪਸ ਪਰਤਣਾ ਚਾਹੁੰਦੇ ਨੇ ਮਜ਼ਦੂਰਾਂ ਨੇ ਦੱਸਿਆ ਕਿ ਸਟੋਰੇਜ ਮਾਲਕ ਨੇ ਉਹਨਾਂ ਨੂੰ ਕੇਵਲ 2000 ਰੁਪਏ ਦਿੱਤੇ ਅਤੇ ਘਰ ਪਰਤ ਜਾਣ ਨੂੰ ਕਿਹਾ से हाथ जोड़ के रिक्वेस्ट कर रहा हूँ मोदी जी प्लीज़ ये इतना अत्य, अत्याचार ना करो यहाँ पर जो है अपने बीवी बच्चे छोड़ के जो प्रदेश में आए वो यहाँ मर जाएंगे और उसके बच्चे वहाँ मर जाएंगे ਕੁਝ ਨਹੀਂ ਹੋਗਾ ਮੋਦੀ ਜੀ ਜੇਕਰ ਆਪ ਇਸ ਤਰ੍ਹਾਂ ਕਰੋਗੇ ਦੱਸ ਦਈਏ ਕਿ ਦੇਸ਼ ਵਿੱਚ ਕਰੋਨਾ ਦੇ ਸੰਕਰਮਿਤ ਕਾਰਨ ਹੁਣ ਤੱਕ 600 ਤੋਂ 6 ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ 10 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਇਤਿਹਾਸ ਦੇ ਤੌਰ ਤੇ ਪੀਐਮ ਮੋਦੀ ਨੇ ਮੰਗਲਵਾਰ ਯਾਨੀ 24 ਮਾਰਚ ਨੂੰ ਦੇਸ਼ ਭਰ ਵਿੱਚ 21 ਦਿਨ ਦੇ ਲੋਕਡਾਊਨ ਦਾ ਐਲਾਨ ਕੀਤਾ ਸੀ ਹਾਲਾਂਕਿ 21 ਮਾਰਚ ਨੂੰ ਜੈਪੁਰ ਤੋਂ ਨਿਕਲੇ 14 ਮਜ਼ਦੂਰ ਮੰਗਲਵਾਰ ਨੂੰ ਆਗਰਾ ਪਹੁੰਚ ਗਏ ਰਸਤੇ 'ਚ ਖਾਣ ਪੀਣ ਦਾ ਸਮਾਨ ਨਾ ਮਿਲਣ ਦੀ ਵਜ੍ਹਾ ਨਾਲ ਉਹ ਭੁੱਖੇ ਪੇਟ ਹੀ ਚੱਲਦੇ ਰਹੇ ਰਸਤੇ 'ਰ ਜੋ ਮਿਲ ਜਾਂਦਾ ਉਸ ਨਾਲ ਪੇਟ ਭਰ ਲੈਂਦੇ ਉਹਨਾਂ ਨੇ 1000 ਕਿਲੋਮੀਟਰ ਦੂਰ ਆਪਣੇ ਜ਼ਿਲ੍ਹੇ ਚ ਜਾਣਾ ਹੈ ਇਸ ਗਰੁੱਪ ਵਿੱਚ ਕਈ ਮਜ਼ਦੂਰ ਸ਼ਾਮਲ ਹਨ ਤੇ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ